ਨਮਸਤੇ ਸਤਿ ਸ਼੍ਰੀ ਅਕਾਲ ਮੈਂ ਐਮ ਐਸ ਓਨੀ ਤੇ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨਸ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਹਿਲੇ ਦਿਨ ਤੋਂ ਹੀ ਸਾਰੇ ਵਿਧਾਇਕ ਜਿਹੜੇ ਨੇ ਐਕਸ਼ਨ ਮੋਡ ਵਿੱਚ ਆ ਗਏ ਨੇ ਤੇ ਪੰਜਾਬੀਆਂ ਵੱਲੋਂ ਚੁਣੇ ਗਏ 117 ਵਿਧਾਇਕ ਵਿਧਾਨ ਸਭਾ ਵਿੱਚ ਪਹੁੰਚ ਚੁੱਕੇ ਨੇ ਤੇ ਇਸ ਵਾਰ ਵਿਧਾਨ ਸਭਾ ਵਿੱਚ ਜੋ ਤਸਵੀਰ ਦੇਖਣ ਨੂੰ ਮਿਲ ਰਹੀ ਹੈ ਉਹ ਕਾਫੀ ਜ਼ਿਆਦਾ ਦਿਲਚਸਪ ਹੈ ਇਸ ਵਾਰ ਆਮ ਆਦਮੀ ਪਾਰਟੀ ਪੰਜਾਬ ਵਿੱਚ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿੱਚ ਉਤਰੀ ਹੈ ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ 117 ਵਿਧਾਨ ਸਭਾ ਦੇ ਵਿਧਾਇਕ ਕਿੰਨੇ ਪੜੇ ਲਿਖੇ ਨੇ ਜੇ ਆਪਾਂ ਗੱਲ ਕਰਦੇ ਹਾਂ ਵਿਧਾਨ ਸਭਾ ਦੇ ਵਿੱਚ 5ਵੀਂ ਪਾਸ ਤੋਂ ਲੈ ਕੇ ਪੀ ਐਚ ਡੀ ਤੱਕ ਵਿਧਾਇਕ ਦੇਖਣ ਨੂੰ ਮਿਲਣਗੇ ਤੇ ਤੁਹਾਨੂੰ ਜਾਣਕਾਰੀ ਦਿੰਨੇ ਆ ਕਿ ਕਿਹੜੇ ਹਲਕੇ ਦੇ ਵਿਧਾਇਕ ਜਿਹੜੇ ਨੇ ਕਿੰਨਾ ਪੜਿਆ ਲਿਖਿਆ ਹੈ ਐਮ ਐਲ ਐਸ ਦੀ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਲੁਧਿਆਣਾ ਕੇਂਦਰੀ ਤੋਂ अशोक பிரசாਰ पप्पी सब नालों ਘੱਟ ਪੜੇ ਲਿਖੇ ਨੇ ਜਾਣਕਾਰੀ ਅਨੁਸਾਰ अशोक பிரசாਰ ਪੱਪੀ ਪੰਜਵੀਂ ਪਾਸ ਨੇ ਤੇ ਦੱਸ ਦਈਏ ਕਿ ਵਿਧਾਨ ਸਭਾ ਦੇ ਵਿੱਚ अशोक பிரசாਰ ਪੱਪੀ ਇਕਲੋਤੇ ਐਸੇ ਨੇ ਜਿਹੜੇ ਪੰਜਵੀਂ ਪਾਸ ਵਿਧਾਇਕ ਨੇ ਕੁਝ ਵਿਧਾਇਕ ਐਸੇ ਵੀ ਨੇ ਜੋ ਸਿਰਫ ਅੱਠਵੀਂ ਪਾਸ ਨੇ ਇਹਨਾਂ ਵਿੱਚ ਹਲਕਾ ਖਹਿਮ ਕਰਨ ਤੋਂ ਆਪ ਵਿਧਾਇਕ ਸਰਵੰਤ ਸਿੰਘ ਲੁਧਿਆਣਾ ਉਤਰੀ ਤੋਂ ਆਪ ਵਿਧਾਇਕ ਮਦਨ ਲਾਲ ਬੱਗਾ ਅਤੇ ਮੁਕਸਰ ਤੋਂ ਆਪ ਵਿਧਾਇਕ ਜਗਦੀਪ ਸਿੰਘ ਉਰਫ ਕਾਕਾ ਬਰਾੜ ਦੇ ਨਾਮ ਵੀ ਸ਼ਾਮਿਲ ਨੇ ਜੇ ਕੱਲ ਆਪਾਂ ਗੱਲ ਕਰਦੇ ਹਾਂ 10ਵੀਂ ਪਾਸ ਵਿਧਾਇਕਾ ਦੀ ਤਾਂ ਵਿਧਾਨ ਸਭਾ ਦੇ ਵਿੱਚ 17 ਵਿਧਾਇਕ ਐਸੇ ਨੇ ਜੋ 10ਵੀਂ ਪਾਸ ਨੇ ਜਾਣਕਾਰੀ ਅਨੁਸਾਰ ਹਲਿਕਾ ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਅਜਨਾਲਾ ਤੋਂ ਆਪ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਬਟਾਲਾ ਤੋਂ ਆਪ ਦੇ ਵਿਧਾਇਕ ਅਮਨਸ਼ੇਰ ਸਿੰਘ ਪੂਰਤੋ ਆਪ ਵਿਧਾਇਕ ਲਾਲਚੰਦ ਫਰੀਦਕੋਟ ਤੋਂ ਆਪ ਦੇ ਵਿਧਾਇਕ ਗੁਰਦੀਪ ਸਿੰਘ ਸੇਖੋ ਹਲਕਾ ਗਿੱਦੜ ਬਾਹਤੋ ਅਮਰਿੰਦਰ ਸਿੰਘ ਰਾਜਾ ਵਿਲਿੰਗ ਹਲਕਾ ਗਿੱਲ ਤੋਂ ਆਪ ਦੇ ਵਿਧਾਇਕ ਜੀਵਨ ਸਿੰਘ ਜਲੰਧਰ ਪੱਛਮੀ ਤੋਂ ਆਪ ਵਿਧਾਇਕ ਸ਼ੀਤਲ ਉਸਤਵ ਕਪੂਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਲੁਧਿਆਣਾ ਪੂਰਬੀ ਤੋਂ ਆਪ ਵਿਧਾਇਕ ਦਲਜੀਤ ਸਿੰਘ ਅਰਵਾਲ ਮੁਕੇਰੀਆ ਤੋਂ ਭਾਜਪਾ ਵਿਧਾਇਕ ਜੱਗੀ ਲਾਲ ਮਹਾਜਨ ਮੋਹਾਲੀ ਤੋਂ ਆਪ ਦੇ ਵਿਧਾਇਕ ਕੁਲਵੰਤ ਸਿੰਘ ਸਾਨੇਵਾਲ ਤੋਂ ਆਪ ਦੇ ਵਿਧਾਇਕ ਹਰਦੀਪ ਸਿੰਘ ਮੁੰਡਿਆ ਸੰਬਰਾਲਾ ਤੋਂ ਵਿਧਾਇਕ ਜਗਤਾਰ ਸਿੰਘ ਤਸਵੀ ਪਾਸ ਹੈ ਵਿਧਾਨ ਸਭਾ ਦੇ ਵਿੱਚ 24 ਵਿਧਾਇਕ ਐਸੇ ਨੇ ਜੋ 12ਵੀਂ ਪਾਸ ਨੇ ਜਿਨ੍ਹਾਂ ਵਿੱਚੋਂ ਪਧੌਰ ਤੋਂ ਚਰਨਜੀਤ ਸਿੰਘ ਚੰਨੀ ਨੂੰ ਚਿਤ ਕਰਨ ਵਾਲੇ ਆਪ ਦੇ ਵਿਧਾਇਕ ਲਾਲਬ ਸਿੰਘ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਵਿਧਾਇਕ ਸੁਰਜਿੰਦਰ ਸਿੰਘ ਰੰਧਾਵਾ ਪੰਜਾਬ ਦੇ ਮੁੱਖ ਮੰਤਰੀ ਤੇ ਧੂਰੀ ਤੋਂ ਵਿਧਾਇਕ ਭਗਵੰਤ ਮਾਨ ਲੰਮੀ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਹਰਾਉਣ ਵਾਲੇ ਗੁਰਮੀਤ ਸਿੰਘ ਖੁੰਡਿਆ ਦਾ ਨਾਮ ਵੀ ਜਿਹੜਾ ਹੈ ਸ਼ਾਮਿਲ ਹੈ ਇਸੇ ਦੇ ਨਾਲ ਦੱਸ ਦਈਏ ਕਿ ਵਿਧਾਨ ਸਭਾ ਵਿੱਚ 21 ਵਿਧਾਇਕ ਬੀਏ ਯਾਨੀ ਕਿ ਗ੍ਰੈਜੂਏਟ ਹਨ ਇਹਨਾਂ ਵਿੱਚ ਅਬੋਰ ਤੋਂ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਡੇਰਾ ਬਸੀ ਤੋਂ ਆਪ ਵਿਧਾਇਕ ਕੁਲਜੀਤ ਸਿੰਘ ਰੰਦਾਵਾ ਲੁਧਿਆਣਾ ਦੱਖਣੀ ਤੋਂ ਰਜਿੰਦਰਪਾਲ ਕੌਰ ਲੁਧਿਆਣਾ ਪੱਛਮੀ ਤੋਂ ਆਪ ਵਿਧਾਇਕ ਗੁਰਪ੍ਰੀਤ ਬਸੀ ਗੋਗੀ ਹਲਕਾ ਮਜੀਠਾ ਤੋਂ ਵਿਕਰਮ ਮਜੀਠਿਆ ਦੀ ਪਤਨੀ ਤੇ ਅਕਾਲੀ ਵਿਧਾਇਕ ਗਨੀਵ ਕੌਰ ਮਜੀਠਿਆ ਪਠਾਨਕੋਟ ਤੋਂ ਭਾਜਪਾ ਵਿਧਾਇਕ ਅਸ਼ਵਨੀ ਕੁਮਾਰ ਸ਼ਰਮਾ ਦੇ ਨਾਮ ਵੀ ਸ਼ਾਮਿਲ ਹਨ ਹੁਣ ਗੱਲ ਕਰਦੇ ਹਾਂ ਗ੍ਰੈਜੂਏਟ ਪ੍ਰੋਫੈਸ਼ਨਲ ਪਾਸ ਕਰਨ ਵਾਲੇ ਵਿਧਾਇਕਾਂ ਦੀ ਉਹਨਾਂ ਵਿੱਚ ਅੰਮ੍ਰਿਤਸਰ ਕੇਂਦਰੀ ਤੋਂ ਆਪ ਵਿਧਾਇਕ ਅਜੀਤ ਗੁਪਤਾ ਅੰਮ੍ਰਿਤਸਰ ਈਸ ਤੋਂ ਆਪ ਦੇ ਵਿਧਾਇਕ ਜੀਵਨਜੋਤ ਕੌਰ ਅੰਮ੍ਰਿਤਸਰ ਪੱਛਮੀ ਤੋਂ ਆਪ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ अनंतपुर साहिब तो आप विधायक हरजोत सिंह बैस हलका आतम नगर तो आप विधायक कुलवंत सिंह सिद्धू फतेहगढ़ साहिब तो आप विधायक लखबीर सिंह राय मोगा तो सोनू सूद की भैन मालविका सूद न कराड़ी टक्कर देने वाले आप विधायक डॉक्टर अमनदीप कौर अरोड़ा की एजुकेशन क्वालिफिकेशन जी है ग्रैजुएट प्रोफेसनल है पोस्ट ग्रैजुएट यानी कि एम पास करने वाले इक्की विधायक विधानसभा मौजूद हैं ਅਮਰਗੜ ਤੋਂ ਆਪ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਚਮਕੌਰ ਸਾਹਿਬ ਤੋਂ ਆਪ ਵਿਧਾਇਕ ਚਰਨਜੀਤ ਸਿੰਘ ਪਾਇਲ ਤੋਂ ਆਪ ਦੇ ਵਿਧਾਇਕ ਮਨਵਿੰਦਰ ਸਿੰਘ ਪਗਵਾੜਾ ਤੋਂ ਕਾਂਗਰਸ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਸੁਲਤਾਨਪੁਰ ਲੋਧੀ ਤੋਂ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਕੁਆਲੀਫਿਕੇਸ਼ਨ ਜਿਹੜੀ ਹੈ ਐਮਏ ਪਾਸ ਹੈ ਦੋ ਵਿਧਾਇਕ ਐਸੇ ਵੀ ਨੇ ਜੋ ਡਾਕਟਰੇਟ ਹੈ ਯਾਨੀ ਕਿ ਜਿਨ੍ਹਾਂ ਨੇ ਪੀ ਐਚ ਡੀ ਵੀ ਕੀਤੀ ਹੋਈ ਹੈ ਜਦਕਿ ਪੰਜ ਵਿਧਾਇਕਾਂ ਨੇ ਡਿਪਲੋਮਾ ਵੀ ਕੀਤਾ ਹੋਇਆ ਹੈ ਤੇ ਉਹਨਾਂ ਦੇ ਵਿੱਚ ਸ਼ਾਮਿਲ ਨੇ ਅੰਮ੍ਰਿਤਸਰ ਉਤਰੀ ਤੋਂ ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਮਲੇਰਕੋਟਲੇ ਤੋਂ ਆਪ ਵਿਧਾਇਕ ਮੁਹੰਮਦ ਜਮੀਲ ਔਰ ਰਹਿਮਾਨ ਕੋਲ ਡਾਕਟਰੇਟ ਯਾਨੀ ਕਿ ਪੀ ਐਚ ਡੀ ਦੀ ਡਿਗਰੀ ਹੈ ਇਸ ਤੋਂ ਇਲਾਵਾ ਬੱਲਾਚੌਰ ਤੋਂ ਆਪ ਵਿਧਾਇਕਾ ਸੰਤੋਸ਼ ਕੁਮਾਰੀ ਕਟਾਰੀਆ ਤੇ ਇਹ ਜਿਹੜੇ ਨੇ ਇਸ ਕੋਲੇ ਡਿਪਲੋਮਾ ਦੀ ਡਿਗਰੀ ਹੈ ਤੁਹਾਡਾ ਕੀ ਖਿਆਲ ਹੈ ਕਿ ਚੰਨੀ ਸਾਹਿਬ ਦੀ ਕੈਬਨਿਟ ਮੰਡਲੀ ਵਧੀਆ ਸੀਗੀ ਜਾਂ ਫਿਰ ਸੀਐਮ ਭਗਵੰਤ ਮਾਨ ਦੀ ਵਧੀਆ ਹੈ ਕੀ ਲੱਗਦਾ ਹੈ ਤੁਹਾਨੂੰ ਆਪਣੀ رائے ਸਾਡੇ ਨਾਲ ਕਮੈਂਟ ਸੈਕਸ਼ਨ ਵਿੱਚ ਜਾ ਕੇ ਸਾਂਝੀ ਕਰੋ ਤੇ ਐਦਾ ਦੀ ਹੋਰ ਵੀ ਖਬਰਾਂ ਲਈ ਦੇਖਦੇ ਰਹੋ ਸਿਟੀ ਹੈਡਲਾਈਨਸ